ਬੱਚਿਆਂ ਨੂੰ ਭੁੱਲ ਕੇ ਵੀ ਨਾ ਦਿਓ ਇਹ ਚੀਜ਼ਾਂ ਨੰਬਰ 1 ਬੱਚਿਆਂ ਦੇ ਸਾਹਮਣੇ ਕਦੇ ਵੀ ਨੈਗੇਟਿਵ ਗੱਲਾਂ ਨਾ ਕਰੋ ਤੇ ਨਾ ਹੀ ਕਦੇ ਲੜਾਈ ਕਰੋ ਨੰਬਰ 2 ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੂੰ ਗੁੜ ਜ਼ਰੂਰ ਦਿਓ ਇਸ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਨੰਬਰ 3 ਬੱਚਿਆਂ ਨੂੰ ਜੰਕ ਫੂਡ ਚਿਪਸ ਤੇ ਮੈਦਾ ਆਦ ਨਾ ਦਿਓ ਨੰਬਰ 4 ਹਾਟੇ ਵਿੱਚ ਛੋਲਿਆਂ ਦਾ ਆਟਾ ਤੇ ਜੌਂ ਦਾ ਆਟਾ ਜਰੂਰ ਮਿਕਸ ਕਰੋ ਨੰਬਰ 5 ਸੌਦਾ ਨਮਕ ਗਾਂ ਦੇ ਦੁੱਧ ਦਾ ਸ਼ੁੱਧ ਦੇਸੀ ਘਿਓ ਤੇ ਸਰੋਂ ਦਾ ਤੇਲ ਦੀ ਵਰਤੋਂ ਕਰੋ ਨੰਬਰ 6 ਬੱਚਿਆਂ ਨੂੰ ਖਾਣੇ ਤੋਂ ਪਹਿਲਾਂ ਹੱਥ ਸਾਫ਼ ਕਰਨ ਨੂੰ ਜਰੂਰ ਕਹੋ ਨੰਬਰ 7 ਅਗਰ ਤੁਹਾਡਾ ਬੱਚਾ ਅਚਾਨਕ ਉਦਾਸ ਰਹਿਣ ਲੱਗ ਜਾਵੇ ਤਾਂ ਉਸ ਨਾਲ ਗੱਲਾਂ ਕਰੋ ਤੇ ਪਤਾ ਕਰੋ ਕਿ ਦੋਸਤ ਟੀਚਰ ਜਾ ਸਕੂਲ ਵਿੱਚ ਉਸ ਨਾਲ ਕੁਝ ਗਲਤ ਤਾਂ ਨਹੀਂ ਹੋ ਰਿਹਾ ਨੰਬਰ 8 ਬੱਚਿਆਂ ਦੀਆਂ ਅੱਖਾਂ ਨੂੰ 6 ਮਹੀਨੇ ਬਾਅਦ ਚੈੱਕ ਕਰਾਉਂਦੇ ਰਹੋ ਨੰਬਰ 9 ਅਗਰ ਬੱਚੇ ਨੂੰ ਕਬਜ਼ ਦੀ ਸ਼ਿਕਾਇਤ ਹੈ ਤਾਂ ਬੱਚੇ ਨੂੰ ਕੇਲਾ ਬਿਲਕੁਲ ਨਾ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ